ਸਾਨੂੰ ਤਾਂ ਅਸੀਂ ਮੇਰਾ ਇੱਕ ਸਵਾਲ ਹੈਗਾ ਤੁਹਾਡੇ ਇੱਕ ਸਵਾਲ ਅੱਜ ਅਸੀਂ ਆਏ ਹਾਂ ਰੁਕ ਜੀਏ ਅਸੀਂ ਅੱਜ ਅਸੀਂ ਵੀ ਆਪਣੇ ਨਾਲ ਜਾਏ ਹਾਂ ਸਵਾਲ ਕਰਨ ਮੇਰੀ ਗੱਲ ਸੁਣੋ ਮੈਂ ਆਪਾਂ ਬੜੀ ਵਾਰੀ ਮਿਲੇ ਹਾਂ ਤੁਹਾਡੀ ਮੈਡੀਕਲ ਦੀ ਦੁਕਾਨ ਆ ਮੈਂ ਤੁਹਾਡੀ ਦੁਕਾਨ ਤੇ ਵੀ ਬੜੀ ਵਾਰੀ ਮਿਲੇ ਠੀਕ ਬੜੀ ਵਾਰੀ ਮੈਂ ਮਿਲਿਆ ਤੁਹਾਨੂੰ ਮੈਂ ਕਿਹਨਾਂ ਜੀ ਉਹ ਠੀਕ ਆ ਉਹ ਆਪਣੀਆਂ ਚੀਜ਼ਾਂ ਠੀਕ ਆਪਣੀ ਥਾਂ ਤੇ ਹਾਂਜੀ ਹਾਂਜੀ ਇੱਥੇ ਆ ਜਨਤਾ ਦੇ ਸਵਾਲ ਆ ਹਾਂ ਭਈ ਜਿਹੜਾ ਅੰਦੋਲਨ ਆਪਣਾ ਚੱਲ ਰਿਹਾ ਉਹਦੀਆਂ ਜੋ ਮੰਗਾਂ ਆ ਅੱਜ ਮੈਂ ਜਿੱਥੋਂ ਦੀ ਲੰਘ ਕੇ ਆਉਣ ਡਿਆ ਮੈਂ ਇੱਕ ਮੋਟਰ ਬੰਦ ਨਹੀਂ ਵੇਖੀ ਸਾਰੀ ਇੰਨੀ ਬਿਜਲੀ ਸਪਲਾਈ ਆਉਣ ਡਈ ਆ ਨਾ ਇੰਨੀ ਬਿਜਲੀ ਸਪਲਾਈ ਆਉਣ ਡਈ ਆ ਮੈਂ ਨਹੀਂ ਅੱਜ ਤੱਕ ਜਿੰਨੇ ਮੈਨੂੰ ਲੋਕ ਨਾ ਐ ਕਰਨ ਡਏ ਮੇਰੇ ਤੇ ਤੁਸੀਂ ਕਿਸਾਨਾਂ ਨੂੰ ਉਹ ਕੁਝ ਦੇ ਦਿੱਤਾ ਜੀ ਅਸੀਂ ਜਿਹੜਾ ਕਹਿ ਰਹੇ MSP ਖਰੀਦ ਦਾ ਗਰੰਟੀ ਕਾਨੂੰਨ ਜੇ ਤੁਹਾਡੀ ਸਰਕਾਰ ਉੱਤੇ ਆਉਂਦੀ ਆ ਹਾਂਜੀ ਕੀ ਉਹ ਬਣਾਇਆ ਜਾਊਗਾ ਵੇਖੋ ਜੀ ਆਪਣੇ ਸਾਰੇ ਹੀ ਆਪਾਂ ਮਸਲੇ ਜਿਹੜੇ ਆ ਸਾਡੀ ਲੀਡਰਸ਼ਿਪ ਜਿਹੜੀ ਆ ਸਾਰੇ ਸਾਰਿਆਂ ਦੇ ਨਿਗਾਹ ਦੇ ਵਿੱਚ ਨੇ ਅਸੀਂ ਸਾਰੇ ਹੀ ਕਰ ਰਹੇ ਹਾਂ ਦੇਖੋ ਮੇਰੀ ਗੱਲ ਸੁਣੋ ਮੇਰੀ ਡਿਊਟੀ ਮਾਨ ਸਾਹਿਬ ਨੇ ਲਾਈ ਬਤੌਰ ਬਿਜਲੀ ਮੰਤਰੀ ਤੁਸੀਂ ਮੈਨੂੰ ਇੱਕ ਗੱਲ ਦਾ ਤੁਸੀਂ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਆ ਗੱਲ ਤੁਸੀਂ ਮਾਨ ਸਾਹਿਬ ਦਾ ਬੱਤੀ ਆ ਰਹੀ ਕਿ ਨਹੀਂ ਆ ਰਹੀ ਅਸੀਂ ਇੱਥੇ ਯਾਰ ਤੁਸੀਂ ਬੱਤੀ ਦੀ ਪਹਿਲੀ ਕਿਉਂ ਨਹੀਂ ਆ MSP ਤਾਂ ਆਉਗੀ ਜੇ ਬੱਤੀ ਆਉਗੀ ਤਾਂ ਖੇਤ ਹੋਊਗਾ ਬੱਤੀ ਤੇ ਆਵਾਂਗੇ ਆਵਾਂਗੇ ਮਗਰੋਂ ਨਹੀਂ ਪਹਿਲਾਂ ਬੱਤੀ ਤੇ ਆਓ ਪਹਿਲਾਂ ਬੱਤੀ ਨਹੀਂ ਯਾਰ ਇੱਥੇ ਬਿਜਲੀ ਮੰਤਰੀ ਤੌਰ ਤੇ ਆਏ ਜੇ ਯਾਰ ਮੈਂ ਬਿਜਲੀ ਮੰਤਰੀ ਆ ਬਿਜਲੀ ਮੰਤਰੀ ਤੌਰ ਤੇ ਆਏ ਬਿਜਲੀ ਮੰਤਰੀ ਆ ਬਿਜਲੀ ਮੰਤਰੀ ਤੌਰ ਤੇ ਆਏ ਕਿ ਜਾਂ MP ਦੀ ਕੁਰਸੀ ਵਾਸਤੇ ਵੋਟਾਂ ਵਾਸਤੇ ਆਏ ਯਾਰ ਸਾਰੇ ਭਾਰਤ ਚ MP ਦੀਆਂ ਚੋਣਾਂ ਹੋ ਰਹੀਆਂ ਨੇ ਬਿਲਕੁਲ ਬਿਲਕੁਲ ਇਹੀ ਚੀਜ਼ ਹੁਣ ਸਮਝਿਓ ਇਸ ਚੀਜ਼ ਨੂੰ ਜੇ ਅਸੀਂ ਮੈਂ ਸਾਰੀ ਗੱਲ ਸਮਝਦਾ ਤੁਸੀਂ ਪਹਿਲਾਂ ਮੈਨੂੰ ਦੱਸੋ ਬਿਜਲੀ ਆਉਂਦੀ ਕਿ ਨਹੀਂ ਮੈਂ ਇੱਕ ਨਾਰਾ ਤੇ ਲਾ ਦੋ ਬਿਜਲੀ ਆਉਂਦੀ ਆ ਇੱਕ ਨਾਰਾ ਤੇ ਲਾ ਦੋ ਬਿਜਲੀ ਆਉਂਦੀ ਆ ਭਗਵਾਨ ਮਾਨ ਸਾਹਿਬ ਜ਼ਿੰਦਾਬਾਦ ਅਜੇ ਸਵਾਲ ਕਰੋ।